दिल का सोना सा तराना ढूंढेगा, दिल का सोना सा तराना ढूंढेगा, तीर निगाहें नाज निशाना ढूंढेगा, मुझको मेरे पास जमाना ढूंढेगा, दिल का सोना साज तराना ढूंढेगा, तीर निगाहें नाज निशाना ढूंढेगा, अरे मुझको मेरे पास जमाना ढूंढेगा, दिल का सोना साज तराना ढूंढेगा। खूबसूरत थी आवाज तेरी, जमाने को जिसने दीवाना बनाया, मोहम्मद रफी तू बहुत याद आया, मोहम्मद रफी तू बहुत याद आया। अब मैं गाना आपको सुनाने जा रहा हूँ, मैं कहीं कभी ना बन जाऊं तेरे प्यार में यह कविता। मैं कहीं कभी ना बन जाऊं तेरे प्यार में कविता, मैं कभी न बन जाऊं तेरे प्यार में कविता, मैं कभी न बन जाऊं, तुझे दिल के आईने में मैंने बार बार देखा, तुझे दिल के आईने में मैंने बार बार देखा, तेरी अखड़ियों में देखा तो छलकता प्यार देखा, तेरा तीर मैंने देखा
तो जिगर के पार देखा, मैं कहीं कभी न बन जाऊं तेरे प्यार में कविता, मैं कहीं कभी न बन जाऊं तेरे प्यार में कविता, मैं कहीं कभी न बन जाऊं। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸ਼੍ਰੀ ਗੁਰੂ ਰਾਮਦਾਸ ਜੀ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਪਾਇਲਟ ਬਾਲ ਜਿਹੜੇ ਇੰਟਰਟੇਨਮੈਂਟ ਕਰਦੇ ਨੇ ਤੁਹਾਨੂੰ, ਇਹਨਾਂ ਦੇ ਹੋਰ ਵੀ ਬਹੁਤ ਕੰਮ ਨੇ, ਇਹਨਾਂ ਦਾ ਗਾਉਣਾ ਹੀ ਕੰਮ ਨਹੀਂ ਆ, ਇੰਟਰਟੇਨ ਕਰਨਾ ਕੰਮ ਨਹੀਂ ਆ। ਇਹ ਸੋਸ਼ਲ ਵਰਕਰ ਵੀ ਬਹੁਤ ਤਗੜੇ ਨੇ। ਇਹ ਅੱਜ ਕੱਲ੍ਹ ਸਾਉਣ ਦੇ ਮਹੀਨੇ ਦੇ ਵਿੱਚ ਬੂਟੇ ਲਗਾ ਰਹੇ ਨੇ, ਜਿਹੜਾ ਕਿ ਬਹੁਤ ਜ਼ਰੂਰਤ ਆ ਸਾਡੇ ਨੇਚਰ ਨੂੰ। ਸਾਡੇ ਵਾਸਤੇ ਬਹੁਤ ਪੌਦੇ ਜ਼ਰੂਰੀ ਆ, ਅਤੇ ਇਸ ਕਰਕੇ ਇਹਨਾਂ ਦਾ ਇੱਕ ਮੁਹਿੰਮ ਚੱਲ ਰਹੀ ਆ। ਇਹ ਬੂਟੇ ਲਗਾ ਰਹੇ ਨੇ, ਅਤੇ ਇਹਨਾਂ ਦਾ ਸਾਥ ਦਿਓ ਸਾਰੇ ਜਣੇ ਜਿੰਨਾ ਵੀ ਹੋ ਸਕਦਾ। ਅਤੇ ਸਾਨੂੰ ਇਹਨਾਂ ਦਾ ਜਿਹੜਾ ਇੰਟਰਟੇਨਮੈਂਟ ਕਰਨਾ ਬਹੁਤ ਅੱਛਾ ਲੱਗਦਾ। ਅਤੇ ਜਿਹੜੀ ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਹੈ, ਭਗਤ ਪੂਰਨ ਸਿੰਘ ਜੀ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ। ਜਿੱਦਾਂ ਕਿ ਗਰੀਬ ਬੱਚਿਆਂ ਨੂੰ ਸਟੱਡੀ ਕਰਵਾਉਣੀ, ਜਿਹੜੇ ਅਨਾਥ ਬੱਚੀਆਂ ਨੇ ਉਹਨਾਂ ਦਾ ਵਿਆਹ ਕਰਵਾਉਣਾ, ਇਸ ਤਰ੍ਹਾਂ ਦੇ ਕੰਮ ਅਸੀਂ ਕਰਦੇ ਹਾਂ। ਅਤੇ ਇਹ ਸਾਡੇ ਸੈਕਟਰੀ ਸਾਹਿਬ ਨੇ ਕੁਝ ਭਗਤ ਪੂਰਨ ਸਿੰਘ ਜੀ 'ਤੇ ਕੁਝ ਤੁਹਾਨੂੰ ਸ਼ਬਦ ਦੱਸਣਗੇ। ਅਤੇ ਸ਼ਬਦ ਤਾਂ ਨਹੀਂ ਆ ਕਿ ਜਿਹੜੇ ਅਸੀਂ ਉਹਨਾਂ ਨੂੰ ਕਲਮ ਬੰਦ ਕਰ ਸਕੀਏ, ਉਹਨਾਂ ਦੇ ਤਾਂ ਬਹੁਤ ਜ਼ਿਆਦਾ ਸਾਡੇ 'ਤੇ ਉਪਕਾਰ ਨੇ, ਪਰ ਇਹ ਥੋੜ੍ਹਾ ਜਿਹਾ ਤੁਹਾਨੂੰ ਜ਼ਰੂਰ ਦੱਸਣਗੇ ਟਾਈਮ ਦੇ ਹਿਸਾਬ ਦੇ ਨਾਲ। ਸੁਣਨਾ ਸੁਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ ਜਦੋਂ ਹੁਣੇ ਹੁਣੇ ਆਇਆ ਸੀ ਤਾਂ ਪਹਿਲਾਂ ਹੀ ਇੱਥੇ ਬੋਲ ਆਏ ਸੀਗੇ, ਬੰਦੇ ਸੁਬਹ ਸੁਬਹ ਲੈ ਸ਼ਿਵਕਾ ਨਾਮ, ਬੰਦੇ ਕਰ ਲੈ ਕੋਈ ਸ਼ੁਭ ਕੰਮ। ਸੋ ਜੇ ਸ਼ੁਭ ਕੰਮ ਜਿਹੜਾ ਭਗਤ ਪੂਰਨ ਸਿੰਘ ਜੀ ਨੇ ਬਹੁਤ ਜ਼ਿਆਦਾ ਕੀਤਾ, ਜੇ ਮੈਂ ਕੰਮ ਉਹਨਾਂ ਦੇ ਦਿਨ ਲੱਗਾਂਗਾ ਤਾਂ ਆਪਣੀ ਸਾਰੀ ਰਾਤ ਵੀ ਨਿਕਲ ਜਾਏਗੀ। ਮੈਂ ਇੰਨੀ ਕੁ ਜਾਣਕਾਰੀ ਜ਼ਰੂਰ ਦੇ ਦੇਵਾਂਗਾ ਕਿ ਉਹਨਾਂ ਦਾ ਜਨਮ ਪਿੰਡ ਰਾਜੇਵਾਲ ਰੇਣੂ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ। ਉਹ 5 ਅਗਸਤ 1992 ਨੂੰ ਸਾਡੇ ਕੋਲੋਂ ਵਿਛੋੜਾ ਪਾ ਗਏ, ਅਤੇ ਕੱਲ੍ਹ ਇਹਨਾਂ ਦਾ 31 ਜੁਲਾਈ ਨੂੰ ਸ਼ਰਧਾਂਜਲੀ ਸਮਾਰੋਹ ਸੀ, ਅਤੇ ਭਗਤ ਪੂਰਨ ਸਿੰਘ ਜੀ ਦਾ ਵੀ 31 ਜੁਲਾਈ ਤੋਂ ਪ੍ਰੋਗਰਾਮ ਚੱਲ ਰਹੇ ਨੇ ਸਕੂਲਾਂ ਦੇ ਵਿੱਚ, SS ਮਾਡਲ ਸਕੂਲ ਦੇ ਵਿੱਚ ਲਾਗੇ ਹੀ, ਅਤੇ ਕੱਲ੍ਹ ਉਹਨਾਂ ਦੀ ਸ਼ਰਧਾਂਜਲੀ ਸਮਾਰੋਹ ਆ 5 ਤਰੀਕ ਨੂੰ। ਸੰਗਤਾਂ ਨੂੰ ਵੀ ਬੇਨਤੀ ਇੱਕ ਹੁਮਾ ਮਾਰ ਕੇ ਆ 1 ਕਿਲੋਮੀਟਰ 'ਤੇ ਪਿੰਗਲਵਾੜਾ ਉੱਥੇ ਜ਼ਰੂਰ ਪਹੁੰਚੋ। ਅਤੇ ਦਾਸ ਨੇ ਉਹਨਾਂ 'ਤੇ 2 ਲਾਈਨਾਂ ਲਿਖੀਆਂ ਨੇ, ਬਹੁਤ ਪਿਆਰ ਦੇ ਨਾਲ ਸਰਵਣ ਕਰੋ ਜੀ। ਟਾਈਮ ਦੱਸਦੇ, ਟਾਈਮ ਕਿੰਨੇ ਵਜੇ ਦਾ? ਕੱਲ ਟਾਈਮ ਕਿੰਨੇ ਵਜੇ ਦਾ? ਕੰਮ ਟਾਈਮ ਉੱਥੇ ਸਾਰਾ ਦਿਨ ਦਾ, ਜੇ ਸਵੇਰੇ 9 ਵਜੇ ਤੋਂ ਸ਼ੁਰੂ ਹੋ ਜਾਂਦਾ ਜੀ। ਠੀਕ ਹੈ। ਲੋਕੀ ਆਪਣੇ ਬੱਚੇ ਤੋਂ ਮੁੱਖ ਮੋੜਨ, ਅੰਗ ਹੀਣਾ ਜੇ ਕੋਈ ਬੇਕਾਰ ਹੋਵੇ, ਦੁੱਖ ਵੇਲੇ ਨਹੀਂ ਕਿਸੇ ਦਾ ਕੋਈ ਬਣਦਾ, ਉਹ ਜਿੰਨਾ ਮਰਜ਼ੀ ਆ ਭਾਵੇਂ ਪਿਆਰ ਹੋਵੇ। ਧੰਨ ਧੰਨ ਸੀ ਭਗਤ ਪੂਰਨ ਸਿੰਘ ਜੀ, ਦੀਨ ਦੁਖੀ ਨੂੰ ਗਲ ਨਾ ਲਾ ਲੈਂਦੇ,
ਕਦੇ ਲਿਬੜਿਆ ਕਿਸੇ ਨੂੰ ਆਖਦੇ ਨਹੀਂ ਤੇ ਚੁੱਕ ਆਪਣੀ ਗੋਦ ਬਿਠਾ ਲੈਂਦੇ। ਬਚਪਨ ਵਿੱਚ ਜਦ ਯਾਦ ਭਗਤ ਜੀ ਤੇਰੀ ਆਉਂਦੀ ਤੇ ਮੇਰੇ ਅਥਰੂ ਕਿਰ ਕਿਰ ਪੈਂਦੇ ਨੇ। ਕਈ ਵਾਰੀ ਮੈਂ ਰੋਕਿਆ ਇਹਨਾਂ ਨੂੰ ਜੀ ਮੈਥੋਂ ਇਹ ਰੋਕੇ ਨਾ ਰਹਿੰਦੇ ਨੇ, ਜੀ ਮੈਥੋਂ ਇਹ ਰੋਕੇ ਨਾ ਰਹਿੰਦੇ ਨੇ। ਬਚਪਨ ਵਿੱਚ ਤੱਕਿਆ ਮੈਂ ਤੁਹਾਨੂੰ ਇੱਕ ਸਿੱਧਾ ਸਾਦਾ ਬੰਦਾ ਏ, ਰੋੜੇ ਇੱਟਾਂ ਚੁੱਕਣੇ ਸੜਕਾਂ ਤੋਂ ਜਿਵੇਂ ਉਹ ਉਸਦਾ ਧੰਦਾ ਏ। ਇੱਥੋਂ ਜਰੇ ਗਏ ਨਾ ਭਗਤ ਜੀ ਜਿਹੜੇ ਤਿਲਕ ਛਿੱਲੜ ਤੋਂ ਪੈਂਦੇ ਨੇ, ਜਦ ਯਾਦ ਭਗਤ ਜੀ ਤੇਰੀ ਆਉਂਦੀ ਤੇ ਮੇਰੇ ਅਥਰੂ ਕਿਰ ਕਿਰ ਪੈਂਦੇ ਨੇ। ਸ਼ਿੰਦਾ ਮਜ਼ਦੂਰ ਲਿਖਾਰੀ ਨਹੀਂ ਤੇਰੇ ਪਿਆਰ ਨੇ ਲਿਖਣੇ ਲਾ ਦਿੱਤਾ, ਤੇਰੀ ਯਾਦ ਦਿਮਾਗ ਹਲਾਇਆ ਤੇ ਹੱਥ ਕਾਗਜ਼ ਕਲਮ ਫੜਾ ਦਿੱਤਾ। ਤੇਰੀ ਯਾਦ ਤੇ ਮੇਰਾ ਦਿਲ ਦੋਵੇਂ ਸਦਾ ਇੱਕ ਹੀ ਥਾਂ ਤੇ ਪੈਂਦੇ ਨੇ, ਜਦ ਯਾਦ ਭਗਤ ਜੀ ਤੇਰੀ ਆਉਂਦੀ ਏ ਤੇ ਮੇਰੇ ਅੱਥਰੂ ਕਿਰ ਕਿਰ ਪੈਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ ਸਰ, ਸਾਡਾ ਛੋਟਾ ਵੀਰ ਵੇਟ ਕਰ ਰਿਹਾ। ਇਸ ਤੋਂ ਬਾਅਦ ਬਹੁਤ ਖੂਬਸੂਰਤ ਡਿਊਟ ਮੈਂ ਅਤੇ ਗੁਰਮੀ ਜੀ ਪੇਸ਼ ਕਰਾਂਗੇ, ਬਹੁਤ ਖੂਬਸੂਰਤ ਰਫੀ ਸਾਹਿਬ ਲਤਾ ਜੀ ਦਾ ਗਾਣਾ ਹੈ। ਮੈਡਮ ਥੋੜ੍ਹਾ ਲਿਖ ਯੇ ਪਰਦਾ ਹਟਾ ਦੋ ਜ਼ਰਾ ਮੁਖੜਾ ਦਿਖਾ ਦੋ, ਯੇ ਪਰਦਾ ਹਟਾ ਦੋ ਜ਼ਰਾ ਮੁਖੜਾ ਦਿਖਾ ਦੋ, ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ, ਅਰੇ ਹਮ ਤੁਮ ਪੇ ਮਰਨੇ ਵਾਲੇ ਹੈ ਕੋਈ ਗੈਰ ਨਹੀਂ। ਹਟਾ ਦੋ ਜ਼ਰਾ ਮੁਖੜਾ ਦਿਖਾ ਦੋ, ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ, ਅਰੇ ਹਮ ਤੁਮ ਤੇ ਮਰਨੇ ਵਾਲੇ ਹੈ ਕੋਈ ਗੈਰ ਨਹੀਂ। ਯੇ ਪਰਦਾ ਹਟਾ ਦੋ ਦੇਖ
खूबसूरत प्यारी ऊपर से गुस्से की लाली है दिल बसना आज है कोई बिजली गिरने वाली। एक खूबसूरत प्यारी ऊपर से गुस्से की लाली बचना है दिल आज है कोई बिजली गिरने वाली। ये बिजली गिरी तो तुम पे ही गिरेगी जा प्यार करने वाले तेरी खैर नहीं। अरे ओ हम पे मरने वाले तेरी खैर नहीं। ये पर्दे हटा दो जरा मुकड़ा दिखा दो हम प्यार करने वाले हैं कोई गैर नहीं। अरे हम तुम पे मरने वाले हैं कोई गैर नहीं। ये पर्दे हटा दो भी समझा दो बस इतना बता दो हम प्यार करने वाले हैं कोई गैर नहीं। अरे हम तुम पे मरने वाले हैं कोई गैर नहीं। धन्यवाद वेरी मच।